ਹੈਲੋ ਸਟੂਡੈਂਟਸ ਅੱਜ ਦਾ ਆਪਣਾ ਪ੍ਰੈਕਟੀਕਲ ਦਾ ਟੌਪਿਕ ਹੈਗਾ ਮੇਲ ਮਰਜ ਅੱਜ ਆਪਾਂ ਕਰਾਂਗੇ ਮੇਲ ਮਰਜ ਪ੍ਰੈਕਟੀਕਲ ਕੀ ਆਪਣਾ ਅੱਜ ਮੇਲ ਮਰਜ ਹਾਊ ਟੂ ਕ੍ਰੀਏਟ ਮੇਲ ਮਰਜ ਇਨ ਐਮ ਐਸ ਵਰਡਾ ਸਟੈਪ ਬਾਈ ਸਟੈਪ ਉਹਨੂੰ ਕਰਾਂਗੇ ਆਪਾਂ ਵੀ ਮੇਲ ਮਰਜ ਕਿੱਦਾਂ ਕ੍ਰੀਏਟ ਕੀਤੀ ਦੀਆਂ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਇੱਕ ਮੇਲ ਮਰਜ ਦੇ ਵਿੱਚ ਤੁਸੀਂ ਬਹੁਤ ਸਾਰੇ ਪੇਜ ਕਿਵੇਂ ਐਡ ਕਰ ਸਕਦੇ ਹੋ ਤੇ ਇੱਕੋ ਟਾਈਮ ਤੇ ਬਹੁਤ ਸਾਰੇ ਵਿਅਕਤੀ ਨੂੰ ਕਿਵੇਂ ਤੁਸੀਂ मेल सेंड कर सकते हो किमें पोस्ट कर सकते हो ठीक है सब तो पहला आप खोलेंगे अपना एम एस वर्ल्ड ऑल प्रोग्राम ऑल प्रोग्राम से जावे अपना एम एस वर्ल्ड मेरे कोर्ल्ड मैं दो हज़ार सोलह यूज़ करना तुम कोई भी अदर यूज कर सकते हो मैं इस टाइम दो हज़ार सोलह यूज कर रहा देखो Word, ये आगे अपना एम एस वर्ल्ड इस ऑप्शन अपने डिजाइन लेआउट रेफरेंस मेलिंगस आप है मेलिंग्स के ਮੇਲਿੰਗਸ ਦੇ ਵਿੱਚ ਚਲੇ ਜਾਵਾਂਗੇ ਆਪਾਂ ਫਿਰ ਆਪਾਂ ਜਾਵਾਂਗੇ ਸਟਾਰਟ ਮੇਲ ਮਰਜ ਤੇ ਸਟਾਰਟ ਮੇਲ ਮਰਜ ਤੇ ਜਾ ਕੇ ਤੁਸ ਕੀ ਕਰਨਾ ਲੈਟਰਸ ਨੂੰ ਸਿਲੈਕਟ ਕਰ ਲੈਣਾ ਹੈ ਲੈਟਰ ਸਿਲੈਕਟ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਸਟੈਪ ਬਾਈ ਸਟੈਪ ਮੇਲ ਮਰਜ ਸਟੈਪ ਬਾਈ ਸਟੈਪ ਮੈਂ ਆਪਣਾ ਮੇਲ ਮਰਜ ਇਸ ਤੇ ਆਪਾਂ ਕਰਾਂਗੇ ਆਪਣੇ ਲੈਟਰ ਸਿਲੈਕਟ ਨੇ ਇਹਦੇ ਵਿੱਚ ਆਪਾਂ ਅੰਗਰੇਜ਼ਾਂ ਨੇ 6 ਸਟੈਪ ਨੇ ਆਪਣੇ ਪਹਿਲਾਂ ਕਰਾਂਗੇ ਆਪਾਂ ਸਟਾਰਟਿੰਗ ਡਾਕੂਮੈਂਟ ਉਸ ਤੋਂ ਬਾਅਦ ਕੀ ਕਰਨਾ ਆਪਾਂ ਸਿਲੈਕਟ ਰਿਸੈਪਟਸ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆਪਾਂ ਕਰਨਾ ਟਾਈਪ a ਨਿਊ ਲਿਸਟ ਟਾਈਪ ਇਨ ਰੂਟਸ ਵਿੱਚ ਆਪਾਂ ਕੀ ਕਰਾਂਗੇ ਉਹਨਾਂ ਵਿਅਕਤੀਆਂ ਦੀ ਐਂਟਰੀ ਪਾਵਾਂਗੇ ਉਹਨਾਂ ਦੇ ਨਾਮ ਲਿਖਾਂਗੇ ਜਿਨ੍ਹਾਂ ਨੂੰ ਆਪਾਂ ਇਹ ਮੇਲ ਕਰਨਾ ਜਾਂ ਕੋਈ ਬਾਈ ਪੋਸਟ ਕਰਨਾ ਆਪਾਂ ਕੁਝ ਵੀ ਠੀਕ ਹੈ ਇਹਦੇ ਵਿੱਚ ਕੀ ਆਪਾਂ ਨੂੰ ਲੱਗਦਾ ਹੈ ਟਾਈਟਲ ਫਸਟ ਟਾਈਮ ਲਾਸਟ ਟਾਈਮ ਟਾਈਟਲ ਆਪ ਨੂੰ ਕਿਸੇ ਵਿਅਕਤੀ ਨੂੰ ਨਹੀਂ ਚਾਹੀਦਾ ਕੋਈ ਟਾਈਟਲ ਬਣ ਨਹੀਂ ਦੇਣਾ ਚਾਹੁੰਦੇ ਤਾਂ ਆਪਾਂ ਕੀ ਕਰਾਂਗੇ ਕਸਟਮਾਈਜ਼ ਕਾਲਮ ਤੇ ਚਲੇ ਜਾਵਾਂਗੇ ਟਾਈਟਲ ਨੂੰ ਆਪਾਂ ਡਿਲੀਟ ਕਰ ਦਾਂਗੇ ਇਸ ਤਰ੍ਹਾਂ ਦੇਖੋ ਯੈਸ ਟਾਈਟਲ ਆਪਣਾ ਗਾਇਬ ਹੋ ਚੁੱਕਿਆ ਫਸਟ ਟਾਈਮ ਲਾਸਟ ਟਾਈਮ ਕੰਪਨੀ ਨੂੰ ਨਹੀਂ ਚਾਹੀਦਾ ਇਸ ਨੂੰ ਵੀ ਡਿਲੀਟ ਕਰ ਦਾਂਗੇ ਐਡਰੈਸ ਲੈਣਾ ਤੁਹਾਨੂੰ ਇੱਕ ਚਾਹੀਦਾ ਤਾਂ ਐਡਰੈਸ ਲੈਣਾ ਆਪਾਂ ਵਨ ਰੱਖ ਲਾਂਗੇ ਉਦੋਂ ਆਪਣੀ ਸਿਟੀ ਸਟੇਟ ਜ਼ਿਪ ਕੋਡ ਉਸ ਤੋਂ ਬਾਅਦ ਆਪਾਂ ਨੂੰ ਹੋਮ ਹੋਸ ਦਾ ਫੋਨ ਕੋਈ ਨਹੀਂ ਚਾਹੀਦਾ ਆਪਾਂ ਨੂੰ ਵਰਕ ਫੋਨ ਕੋਈ ਨਹੀਂ ਚਾਹੀਦਾ ਪ੍ਰਾਈਵੇਟ ਕਰ ਦਾਂਗੇ ਉਦੋਂ ਇਮੇਲ ਡਰੈਸ ਨਹੀਂ ਆਪਾਂ ਚਾਹੀਦਾ ਇਹ ਵੀ ਜੇ ਆਪਾਂ ਜੇ ਤੁਹਾਡੇ ਇੱਛਾ ਤੁਸੀਂ ਉਹੀ ਇੱਥੇ ਕੁਝ ਰੱਖ ਸਕਦੇ ਹੋ ਉਸ ਦੀ ਐਂਟਰੀ ਤੁਸੀਂ ਇੱਥੇ ਕਰ ਸਕਦੇ ਹੋ ਦੇਖੋ ਫਰਸਟ ਨੇਮ ਜਿਹੜਾ ਹੈ ਫਰਸਟ ਨੇਮ ਉਸ ਤੋਂ ਬਾਅਦ ਰਹੇਗਾ ਤੁਸੀਂ ਆਪਾਂ ਨਿਊ ਐਂਟਰੀ ਪਾ ਸਕਦੇ ਹੋ ਇਥੋਂ ਇੱਕ ਤੋਂ ਜ਼ਿਆਦਾ ਵਾਰੀ ਐਂਟਰੀ ठीक है उस तो बाद फर्स्ट नेम मैं ने कोई रिनेम करना हो तो आपके हिसाब से रिनेम भी कर सद फर्स्ट टाइम जगह कला नेम लिखना हो तो नेम भी लिख हो ठीक है ये तो मर्जी है आपकी पहला आप करा फर्स्ट टाइम फर्स्ट टाइम में पा ला आप लास्ट टाइम अपना करण सिंह एड्रैस लाने पाला अपना अपना एड्रैस कोटपारा सिटी देखो अपने बठिडा आ चुके हैं बठिंडा स्टेट आप लेंगे पंजाब उस तो जिप कोड जिप कोड की पिन कोड अपना पिन कोड कंट्री अपनी इंडिया तो इंडिया आप लेंगे उस तुब आप एक न्यू एंट्री होर पवोंगे तो आप न्यू एंट्री एंट्रे क्लिक करा देखो अपनी कंट्री है तो न्यू एंट्री क्लिक करके अपना एक एंट्री होर पा लेंगे इतने आप एंट्री होर क्रिएट करा ਰਾਮ ਮਮ ਰਾਮ ਆਪ ਨੂੰ ਨਾਮ ਜਾ ਜੈ ਨਹੀਂ ਰਹਾ ਪਰ ਇਸ ਕਰਕੇ ਇਹਨੂੰ ਈਲ ਕਰਕੇ ਹੋਰ ਕੋਈ ਨਾਮ ਪਉਨੇ ਆ ਕੁਲਦੀਪ ਕੁਲਦੀਪ ਸਿੰਘ ਅਡਰੈਸ ਲਾਈਨ ਕੋਡ ਫੱਤਾ ਪਾ ਲਈ ਆਪਾਂ ਥੋੜਾ ਅਡਰੈਸ ਲਾਈਨ ਚੇਂਜ ਕਰਤਾ ਸਿਟੀ ਬਹਿਂਡਾ ਪਾ ਲਈ ਸਟੇਟ ਆਪਾਂ ਉਹੀ ਪੰਜਾਬ ਪਾ ਲਈ ਆਪਦੀ ਸਟੇਟ ਪੰਜਾਬ ਆਪਣਾ ਜਿਪ ਕੋਡ ਉਹੀ ਤੁਹਾਡਾ ਪਿੰਨ ਕੋਡ ਕੰਟਰੀ ਆਪਣੀ ਉਹੀ ਇੰਡੀਆ ਉਸ ਤੋਂ ਬਾਅਦ ਕੀ ਕਰਨਾ ਆਪਾਂ ਇੱਕ ਐਂਟਰੀ ਹੋਰ ਪਾ ਦਾਂਗੇ ਜਿਹਦਾ ਆਪ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਏ ਆਪਾਂ ਮੇਲ ਮਾਰਜ ਕਿੱਦਾਂ ਕ੍ਰੀਏਟ ਕਰ ਰਹੇ ਹਾਂ ਕਿਵੇਂ ਕਰ ਰਹੇ ਹਾਂ ਇਸ ਲਈ ਆਪਾਂ ਇੱਕ ਐਂਟਰੀ ਹੋਰ ਪਾ ਲਾਂਗੇ ਤਾਂ ਕਿ ਆਪ ਨੂੰ ਤਿੰਨ ਐਂਟਰੀ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਸਟੂਡੈਂਟ ਨੂੰ ਸਮਝ ਆ ਜਾਏ ਵੀ ਕਿਸ ਤਰ੍ਹਾਂ ਆਪਾਂ ਮੇਲ ਮਾਰਜ ਕ੍ਰੀਏਟ ਕੀਤਾ ਕੀ ਉਹਦੇ ਸਟੈਪ ਸੀ ਕਿਸ ਤਰ੍ਹਾਂ ਆਪਾਂ ਉਹਦੀ ਐਡਰੈਸ ਲਾਈਨ ਕ੍ਰੀਏਟ ਕੀਤੀਆਂ ਨੇ ਇਹਦਾ ਵੀ ਆਪਾਂ ਗੁਰਦੀਪ ਸਿੰਘ ਪਾ ਕੇ ਕੋਡ ਪਤਾ ਕਰ ਲਿਆ ਸਿਟੀ ਉਹਦੇ ਬਾਰੇ ਦਾ ਵੀ ਬੈਂਡਾ ਕਰ ਦਾਂਗੇ ਆਪਾਂ ਸਟੇਟ ਆਪਾਂ ਦੀ ਪੰਜਾਬ ਕਰ ਦਾਂਗੇ ਬੈਂਡਾ ਪੰਜਾਬ ਆਪਣਾ ਪਿੰਨ ਕੋਡ ਉਸ ਤੋਂ ਬਾਅਦ 11 ਨਾ ਆਪਾਂ ਦੇਖੋ ਇੰਡੀਆ ਪਾ ਲਿਆ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇੱਥੋਂ ਲਿੱਟ ਐਂਟਰੀ ਵੀ ਕਰ ਸਕਦੇ ਹੋ ਜੇ ਕੋਈ ਲਿੱਟ ਕਰਨੀ ਹੈ ਉਹਨੂੰ ਓਕੇ ਕਰ ਲਾਂਗੇ ਆਪਾਂ ਓਕੇ ਕਰਨ ਤੋਂ ਬਾਅਦ ਆਪਾਂ ਨੂੰ ਇਹ ਕਹਿ ਰਿਹਾ ਵੀ ਜੋ ਵੀ ਆਪਾਂ ਐਡਰੈਸ ਲਿਸਟ ਬਣਾਈਆਂ ਨੇ ਤਿੰਨ ਵਿਅਕਤੀਆਂ ਦੀਆਂ ਉਹਨਾਂ ਨੂੰ ਕੀ ਕਰਨਾ ਆਪਾਂ ਸੇਵ ਐਡਰੈਸ ਲਿਸਟ ਕਰਨਾ ਉਹਨੂੰ ਆਪਾਂ ਐਡਰੈਸ ਲਿਸਟ ਨੂੰ ਸੇਵ ਕਰਨਾ ਤਾਂ ਆਪਾਂ ਕੋਈ ਵੀ ਡਰਾਈਵ ਦੇ ਵਿੱਚ ਜਾ ਕੇ ਸੇਵ ਕਰਨਾ ਕਿਤੇ ਵੀ ਡਰਾਈਵ ਨੂੰ ਆਪ ਸਿਲੈਕਟ ਕਰਕੇ ਉਹਦੇ ਵਿੱਚ ਇਹ ਆਪਾਂ ਐਡਰੈਸ ਲਿਸਟ ਨੂੰ ਸੇਵ ਕਰ ਸਕਦੇ ਹਾਂ ਦੇਖੋ ਐਫ ਆਪਣੀ ਲੋਕਲ ਡਿਸਕ ਡੀ कितने भी जाके फाइल में सेव कर सकते हो तो इतने सेव कर देंगे फाइल नहीं आप दे देंगे वैसी एग्जाम्पल तौर पर एड्रेस जिस तरह थोड़ा पता लग जाए सेव कर ले मेल मर्जी रिसेप्ट जो आप पा रही हैं उन्होंने एंट्रिया उदापन शो कर रहे हैं ठीक है उस तुद आप एडिट रिसैप्ट जाके चेंज भी कर सकते हैं ठीक है उतुद आपको फिल्टर वगैरह भी लगा सकते हो ਉਹ ਤੁਹਾਡੀ ਇੱਛਾ ਤੁਸੀਂ ਫਿਲਟਰ ਵਾਰਾ ਲਗਾਉਣਾ ਚਾਹੁੰਦੇ ਹੋ ਕਿ ਨਹੀਂ ਓਕੇ ਕਰ ਲਾਂਗੇ ਉਸ ਤੋਂ ਬਾਅਦ ਨੈਕਸਟ ਸਟੈਪ ਕੀਆ ਰਾਈਟ ਯੂਰ ਲੈਟਰ ਰਾਈਟ ਯੂਰ ਲੈਟਰ ਤੇ ਆਪਾਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਆਪਾਂ ਲੈਟਰ ਟਾਈਪ ਕਰਨਾ ਉਹਨੂੰ ਕਿਸ ਤਰ੍ਹਾਂ ਲੈਟਰ ਆਪਾਂ ਭੇਜਣਾ ਹੈ ਪਹਿਲਾਂ ਆਪਾਂ ਪਾ ਲਾਂਗੇ 2 2 ਤੋਂ ਬਾਅਦ ਦੇਖੋ ਆਪਣਾ ਕੀ ਆਉਂਦਾ ਉਸ ਵਿਅਕਤੀ ਦਾ ਐਡਰੈਸ ਆਉਂਦਾ ਜਿਹਨੂੰ ਆਪਾਂ ਲੈਟਰ ਭੇਜਣਾ ਹੁੰਦਾ ਤਾਂ ਆਪਾਂ ਕੀ ਕਰਾਂਗੇ ਐਡਰੈਸ ਬਲਾਕ ਤੇ ਜਾਵਾਂਗੇ ਅਡਰੈਸ ਬਲੌਗ ਦੇ ਵਿੱਚ ਆਪਣੀ ਉਹ ਐਂਟਰੀ ਹੁੰਦੀ ਜਿਹਨੇ ਪਤਾ ਨਾ ਐਂਟਰੀ ਪਾਈਆਂ ਸੀ ਉਹ ਆਪਣੇ ਐਡਰੈਸ ਬਲੌਗ ਦੇ ਵਿੱਚ ਆ ਜਾਂਦੀਆਂ ਤਾਂ ਥੋੜੀ ਜਿਹਾ ਪਾ ਇੱਥੇ ਸੈਟਿੰਗ ਕਰ ਲਾਂਗੇ ਆਪਣੀ ਕੰਟਰੀ ਸਿਲੈਕਟ ਕਰ ਲਾਂਗੇ ਜਿਸ ਤਰ੍ਹਾਂ ਆਪਾਂ ਨੂੰ ਆਪਣੀ ਕੰਟਰੀ ਨੇਮ ਬਾਈਸ ਪਤਾ ਲੱਗ ਜੇ ਵੀ ਕਿਸ ਤਰ੍ਹਾਂ ਆਪਾਂ ਉਹ ਵਿਅਕਤੀ ਨੂੰ ਆਪਣਾ ਲੈਟਰ ਸੈਂਡ ਕਰਨੇ ਆ ਤੇ ਇਹ ਸਾਰੀਆਂ ਐਂਟਰੀ ਆਪਣੇ ਇਸ ਐਡਰੈਸ ਬਾਕਸ ਦੇ ਵਿੱਚ ਆ ਜਾਂਦੀਆਂ ਆਪਾਂ ਨੂੰ ਦੇਖੋ ਸਹੀ ਆ ਰਿਹਾ ਕਰਨ ਸਿੰਘ ਕੋਟਪਾਰਾ ਬ헨्डा ਪੰਜਾਬ 15110 ओके ਅਡਰੈਸ ਬਲੌਗ ਆਪਣਾ ਸ਼ੋ ਹੋਣ ਲੱਗੇ ਜਿਸ ਦਿਨਾਂ ਦਾ ਆਪਾਂ ਪ੍ਰੀਵਿਊ ਨਹੀਂ ਕਰਾਂਗੇ ਉਹਨਾਂ ਟਾਈਮ ਆਪਣਾ ਅਡਰੈਸ ਬਲੌਗ ਇੱਥੇ ਸ਼ੋ ਹੋਊਗਾ ਉਸ ਤੋਂ ਬਾਅਦ ਆਪਾਂ ਗਏ ਰਿਸਪੈਕਟਡ ਸੰ ਜਿਸ ਤਰ੍ਹਾਂ ਆਪਾਂ ਕੋਈ ਆਪਾਂ ਲੈਟਰ ਟਾਈਪ ਕਰਦੇ ਹਾਂ ਇੱਥੇ ਤੁਸੀਂ ਕਰਨਾ ਇੱਥੇ ਆਪਾਂ ਉਹ ਮੈਸੇਜ ਦੇਣੀ ਹੁੰਨੇ ਜਿਹੜਾ ਵੀ ਆਪਾਂ ਉਸ ਸਟੂਡੈਂਟ ਜਾਂ ਕਿਸੇ ਵਿਅਕਤੀ ਨੂੰ ਆਪਾਂ ਦੱਸਣਾ ਚਾਹੁੰਨੇ ਵੀ ਤੁਹਾਨੂੰ ਕੀ ਹੈ ਜਾਂ ਕਿਸੇ ਆਪਾਂ ਮੰਨ ਲਓ ਸਟੂਡੈਂਟ ਨੂੰ ਦੱਸਣਾ ਹੈ ਤੁਹਾਡੀ ਕਿਟੈਂਡਸ ਘਟਾ ਆਪਾਂ ਆਈਟੀ ਵੱਲੋਂ ਲੈਟਰ ਭੇਜ ਰਹੇ ਹਾਂ ਤੁਹਾਡੇ ਟੈਂਡਸ ਘਟਾ ਆ ਜਾਂ ਤੁਹਾਡੀ ਵੀ ਇਨਸਟਾਲਮੈਂਟ ਵਗੈਰਾ ਰਹਿੰਦੀ ਹੈ ਤਾਂ ਉਹ ਸਾਰਾ ਪੰਜ ਤਿੰਨ ਚਾਰ ਲੈਣਾ ਜਾਂ ਕੁਝ ਤੋਂ ਵੱਧ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਸਾਰਾ ਮੈਸੇਜ ਇੱਥੇ ਆਪਾਂ ਲਿਖ ਸਕਦੇ ਹਾਂ ਮੈਂ ਇੱਥੇ ਇਕੱਲਾ ਮੈਸੇਜ ਟਾਈਪ ਕਰਤਾ ਤੁਹਾਨੂੰ ਪਤਾ ਲੱਗ ਜੇ ਵੀ ਆਪਾਂ ਕੋਈ ਮੈਸੇਜ ਕੋਈ ਵੀ ਲਾਈਨ ਤੁਸੀਂ ਜਿਹੜਾ ਵੀ ਲਿਖਣਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਤਾਂ ਨੀਚੇ ਕਰ ਲਾਂਗੇ ਆਪਾਂ ਥੋੜਾ ਜਿਹਾ ਆਪਾਂ ਉਸ ਵਿਅਕਤੀ ਨੂੰ ਲਿਖ ਦਾਂਗੇ ਵਿਦ ਰਿਗਾਰਡਸ इन विल बी विद रिगार्ड्स विद रिगार्ड्स जिस ਨੂੰ ਲੈਟਰ ਭੇਜਿਆ ਗਿਆ ਉਸ ਦਾ ਨੇਮ ਆ ਜਾਊਗਾ ਜਿੱਮੇ ਤੁਸੀਂ ਆਪਾਂ ਨੇਮ ਪਾ ਦਾਂਗੇ ਆਪਣੀ ਆਈਟੀ ਦਾ ਬਾਬਾ ਫਰੀਦ ਆਈਟੀ ਕੋਰਸ کشمیر ਬਾਬਾ ਫਰੀਦ ਆਈਟੀ ਕੋਰਸ ਮੇ ਬਾਬਾ ਫਰੀਦ ਆਈਟੀ ਕੋਰਸ ਮੇ ਨੂੰ ਲੈਟਰ ਗਿਆ ਸਟੂਡੈਂਟ ਨੂੰ ਵੀ ਤੁਹਾਡੇ ਅਟੈਂਡੈਂਸ ਕੱਟਾ ਜਾਂ ਤੁਹਾਡੀ ਇਨਸਟਾਲਮੈਂਟ ਵਗੈਰਾ ਰਹੀ ਦੀ ਤਾਂ ਆਪਾਂ ਉਸ ਸਟੂਡੈਂਟ ਨੂੰ ਆਪਾਂ ਤਿੰਨਾਂ ਨੂੰ ਸੈਂਡ ਕਰ ਸਕਦੇ ਹਾਂ ਬਾਬਾ ਫਰੀਦ ਆਈਟੀ ਕੋਰਸ کشمیر ਦੇਖੋ ਪਾ ਲਿਆ ਇਸ ਤਰ੍ਹਾਂ ਦੇਖੋ esto ਆ ਗਿਆ ਨਾ ਆਪਾਂ ਪ੍ਰੀਵਿਊ ਲੈਟਰ ਦੇਖੋ ਲੈਟਰ ਆ ਪ੍ਰੀਵਿਊ ਦੇਖ ਰਿਹਾ ਤੁਹਾਨੂੰ 2 ਕਰਨ ਸਿੰਘ ਕੋਟਬਾਰਾ ਬਹਿੰਡਾ ਪੰਜਾਬ 556 ਸਰ ਤੁਹਾਡਾ ਮੈਸੇਜ ਆ ਜੂ ਜੋ ਤੁਸੀਂ ਲਿਖਣਾ ਉਹਨੂੰ ਵਿਦ ਰਿਗਾਰਡਸ ਬਾਬਾ ਫਰੀਦ ਐਡਿਟ ਕੋਸ ਵਿੱਚ ਰੂਲ ਲੰ ਗਿਆ ਹੋਇਆ ਉਸ ਤੋਂ ਬਾਅਦ ਕੰਨ ਆਪਾਂ ਆਪ ਇਥੇ ਆਲ ਕਰ ਦਾਂਗੇ ਓਕੇ ਕਰ ਦਾਂਗੇ ਓਕੇ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੀਆਂ ਤਿੰਨ ਐਂਟਰੀਆਂ ਨੇ ਉਹ ਲੈਟਰ ਆਪਾਂ ਤਿਆਰ ਕਰਨੇ ਆ ਉਹ ਹਟੋਂ ਤੁਹਾਡੇ ਲੈਟਰ ਤਿਆਰ ਹੋ ਜਾਣੇ ਦੇਖੋ ਪਹਿਲਾ ਲੈਟਰ ਤਿਆਰ ਹੋ ਗਿਆ ਕਰਨ ਸਿੰਘ ਵਾਲਾ ਜੋ ਪਹਿਲੇ ਡ੍ਰਿਪ ਆਈ ਸੀ ਆਪਾਂ ਠੀਕ ਹੈ ਇਨਸਟਾਪ ਕਰਾਂਗੇ ਦੇਖੋ ਦੂਸਰਾ ਲੈਟਰ ਬਣਾ ਕੇ ਆਟੋਮੈਟਿਕ ਕੁਲਦੀਪ ਸਿੰਘ ਵਿਦ ਰਿਗਾਰਡਸ ਮੈਸੇ ਤੁਹਾਡਾ ਉਹੀ ਰਹੇ ਜੂਗਾ ਪਰ ਤੁਹਾਨੂੰ ਦੇ 3 ਲੈਟਰ ਜੋ ਤੁਹਾਨੇ ਜਿਹਨੇ ਐਂਟਰੀ ਪਾਈ ਸੀ ਉਹਨੇ ਐਂਟਰੀ ਦੇ ਲੈਟਰ ਉਹ ਤੁਹਾਡੇ ਤਿਆਰ ਹੋ ਜਾਣਗੇ ਦੇਖੋ 3 ਲੈਟਰ ਆਪਣੇ ਆ ਚੁੱਕੇ ਇਹਨੂੰ ਤੁਸੀਂ ਬਾਈ ਮੇਲ ਵੀ ਕਰ ਸਕਦੇ ਹੋ ਪੋਸਟ ਵੀ ਕਰ ਸਕਦੇ ਹੋ ਤੁਹਾਡੀ ਇੱਛਾ ਅਨੁਸਾਰ ਜਿਹਨੇ ਤੁਸੀਂ ਆਪ ਦੇ ਇੱਥੇ ਇਹਨੂੰ ਆਪ ਕਹਿੰਦੇ ਆ ਮੇਲ ਮਰਜ ਮੇਲ ਮਰਜ ਇਸ ਤਰ੍ਹਾਂ ਤਿਆਰ ਹੁੰਦੀ ਆ ਦੇਖੋ ਇਹ ਦੂਸਰੀ ਪ੍ਰਿੰਟ ਕਰਕੇ ਉਸ ਨੂੰ ਪੇਜ ਵੀ ਸੇਵ ਕਰਦੇ ਹਾਂ ਮੈਸੇਜ ਮੇਲ ਕਰ ਸਕਦੇ ਹਾਂ ਤਾਂ ਤਾਂ